ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਤੇ ਅਹਿਮ ਖਬਰ ਇਹੀ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਅਕਾਲੀ ਲੀਡਰਾਂ ਤੇ ਬੀਜੇਪੀ ਦੇ ਲੀਡਰਾਂ ਨੂੰ ਵੜਨ ਦੀ ਇਜਾਜ਼ਤ ਨਹੀਂ ਹੋਏਗੀ। 13 ਜ਼ਿਲ੍ਹਿਆਂ ਦੇ ਸਾਰੇ ਪਿੰਡਾਂ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਕਿਸਾਨਾਂ ਨੇ 29 ਅਗਸਤ ਤੱਕ ਇਹਨਾਂ ਦੇ ਨਾਕਾਬੰਦੀ ਧਰਨੇ ਚੱਲਣਗੇ। ਪੰਜਾਬ ਦੇ ਵਿੱਚ ਇਸ ਵਾਰੀ ਆਨਲਾਈਨ ਹੋਵੇਗੀ ਝੋਨੇ ਦੀ ਖਰੀਦ। ਪੰਜਾਬ ਸਰਕਾਰ ਨੇ ਇਹ ਫੁਰਮਾਨ ਸੁਣਾ ਦਿੱਤਾ ਹੈ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ 95% ਕਿਸਾਨ ਆਨਲਾਈਨ ਸਾਧਨਾਂ ਦੇ ਨਾਲ ਜੁੜੇ ਹੀ ਨਹੀਂ ਹੋਏ। ਸੁਮੇਧ ਸੈਣੀ ਨੂੰ 27 ਅਗਸਤ ਤੱਕ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਗਈ ਹੈ। ਅਦਾਲਤ ਨੇ ਬਚਾ ਲਿਆ ਸਾਬਕਾ DGP ਨੂੰ ਕਿ 27 ਅਗਸਤ ਤੱਕ ਪੰਜਾਬ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ। ਪੰਜਾਬ ਦੇ ਵਿੱਚ ਐਕਰੈਡਿਟਡ ਪੱਤਰਕਾਰਾਂ ਦੀ ਮੌਤ ਦੇ ਉੱਤੇ 10 ਲੱਖ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਕੈਪਟਨ ਸਰਕਾਰ ਨੇ ਐਲਾਨ ਕੀਤਾ ਹੈ, ਪਰ ਸਿਰਫ ਕੋਰੋਨਾ ਵਾਇਰਸ ਦੇ ਕਾਰਨ ਜਿਨ੍ਹਾਂ ਦੀ ਮੌਤ ਹੋਏਗੀ ਉਹਨਾਂ ਦੇ ਲਈ। ਪੰਜਾਬ ਸਰਕਾਰ ਜਿਹੜਾ ਲੋੜਵੰਦਾਂ ਨੂੰ ਰਾਸ਼ਨ ਭੇਜ ਰਹੀ ਹੈ, ਉਸ ਦੇ ਵਿੱਚੋਂ ਸੁੰਡ ਤੇ ਕੀੜੇ ਮਕੌੜੇ ਨਿਕਲੇ ਨੇ, ਕਿਵੇਂ ਖਾਣਗੇ ਗਰੀਬ। ਪੰਜਾਬ ਦੇ ਵਿੱਚ ਇਸ ਸਾਲ 31 ਦਸੰਬਰ ਤੱਕ ਚੱਲਣਗੇ ਮਿਆਦ ਪੁੱਕ ਚੁੱਕੇ ਡਰਾਈਵਿੰਗ ਲਾਇਸੈਂਸ, RC ਤੇ ਪਰਮਿਟ। ਕੈਪਟਨ ਸਰਕਾਰ ਦਾ ਈਵਨ ਆਊਟ ਫਾਰਮੂਲਾ ਦੁਕਾਨਦਾਰਾਂ ਨੂੰ ਭਾ ਨਹੀਂ ਰਿਹਾ। ਸਰਕਾਰ ਦਾ ਜਲੂਸ ਕੱਢਣ ਦੀ ਤਿਆਰੀ ਵਿੱਚ ਨੇ ਦੁਕਾਨਦਾਰ, ਲਗਾਤਾਰ ਵਿਰੋਧ ਹੋ ਰਿਹਾ। ਕਿਤੇ ਕਿਤੇ ਤਾਂ ਨਹੀਂ ਆਦੇਸ਼ ਮੰਨਿਆ ਜਾ ਰਿਹਾ ਤੇ ਕਿਤੇ ਕਿਤੇ ਜਿੱਥੇ ਮੰਨਿਆ ਜਾ ਰਿਹਾ 50% ਦੁਕਾਨਾਂ ਖੁੱਲ੍ਹ ਰਹੀਆਂ ਨੇ 5 ਜ਼ਿਲ੍ਹਿਆਂ ਦੇ ਵਿੱਚ, ਉੱਥੇ ਲਗਾਤਾਰ ਵਿਰੋਧ ਹੋ ਰਿਹਾ। ਪੰਜਾਬ ਦੀ ਕੋਰੋਨਾ ਵਾਇਰਸ ਅਪਡੇਟ ਆਪਾਂ ਜਾਣ ਲੈਂਦੇ ਹਾਂ। ਪੰਜਾਬ ਦੇ ਵਿੱਚ 25 ਤਰੀਕ ਨੂੰ ਕੁੱਲ ਮੌਤਾਂ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ ਉਹ 49 ਇੱਕ ਦਿਨ ਦੇ ਵਿੱਚ, ਜਿਸ ਦੇ ਨਾਲ ਪੰਜਾਬ ਦੇ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ ਹੋ ਗਈ ਹੈ 1178, 1200 ਦੇ ਨੇੜੇ ਪਹੁੰਚਣ ਵਾਲੀ ਹੈ। ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ 788 ਹੈ, ਜਿਹਦੇ ਨਾਲ ਕੁੱਲ ਠੀਕ ਹੋਣ ਵਾਲੇ ਮਰੀਜ਼ ਪੰਜਾਬ ਦੇ ਵਿੱਚ 29,145 ਹੋ ਗਏ ਨੇ। ਇੱਕ ਦਿਨ ਦੇ ਵਿੱਚ 1293 ਪੋਜ਼ਿਟਿਵ ਮਾਮਲੇ ਨਵੇਂ ਸਾਹਮਣੇ ਆਏ ਨੇ, ਜਿਹਦੇ ਨਾਲ ਕੁੱਲ ਪੋਜ਼ਿਟਿਵ ਮਾਮਲੇ 44,577 ਹੋ ਗਏ ਨੇ ਅਤੇ ਐਕਟਿਵ ਕੇਸ 14,254 ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਜਿਹੜੇ ਵੈਂਟੀਲੇਟਰ 'ਤੇ ਨੇ ਉਹਨਾਂ ਦੀ ਗਿਣਤੀ 55 ਹੋ ਗਈ ਹੈ। ਆਕਸੀਜਨ 'ਤੇ ਨੇ ਜਿਹੜੇ ਉਹਨਾਂ ਦੀ ਗਿਣਤੀ 499 ਹੋ ਗਈ ਹੈ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹਾ ਹੀ ਪ੍ਰਭਾਵਿਤ ਹੈ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਆ ਕਰੋ, ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਦੇ ਰਹੋ। 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ ਦੀ, ਜਿਹਦੇ ਵਿੱਚ ਕਾਨੂੰਨੀ ਕੜਿੱਕੀ ਦੇ ਵਿੱਚ ਫਸੇ ਹੋਏ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਨੇ 2 ਦਿਨਾਂ ਦੀ ਹੋਰ ਮੁਹਲਤ ਦੇ ਦਿੱਤੀ ਹੈ। ਅਦਾਲਤ ਦੇ ਵਿੱਚ ਪਹੁੰਚਿਆ ਸੀ ਸੁਮੇਧ ਸੈਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲੈ ਕੇ ਕਿ ਮੇਰੀ ਗ੍ਰਿਫਤਾਰੀ ਦੇ ਉੱਤੇ ਰੋਕ ਲਾਈ ਜਾਵੇ, ਕਿਉਂਕਿ ਧਾਰਾ 302 ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਅਦਾਲਤ ਨੇ 27 ਅਗਸਤ ਤੱਕ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ। ਵੱਡਾ ਸਵਾਲ ਹੈ ਕਿ ਹੁਣ 27 ਅਗਸਤ ਤੋਂ ਬਾਅਦ ਪੰਜਾਬ ਪੁਲਿਸ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰੇਗੀ ਜਾਂ ਨਹੀਂ, ਅਤੇ ਹੁਣ 27 ਅਗਸਤ ਨੂੰ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ ਹੋਵੇਗੀ। ਅਗਲੀ ਖਬਰ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਮਸਲਾ ਜਿਹੜਾ ਬੜਾ ਸੁਰਖੀਆਂ ਦੇ ਵਿੱਚ ਹੈ। ਜਥੇਦਾਰ ਸਾਹਿਬਾਨਾਂ ਦੇ ਵੱਲੋਂ ਆਦੇਸ਼ ਵੀ ਜਾਰੀ ਕੀਤਾ ਗਿਆ ਸੀ ਕਿ ਇਹ ਜਿਹੜੀ ਸਰੂਪਾਂ ਦੀ ਛਪਾਈ ਹੈ ਤੁਰੰਤ ਰੋਕ ਦਿੱਤੀ ਜਾਵੇ। ਸਾਰਾ ਪ੍ਰਿੰਟਿੰਗ ਪ੍ਰੈਸ ਦਾ ਸਮਾਨ ਹੈ ਜਿਹੜਾ ਉਹ ਵੀ ਗੁਰਦੁਆਰਾ ਸਾਹਿਬ ਸਰੀ ਦਾ ਇੱਕ ਗੁਰਦੁਆਰਾ ਹੈ, ਸਿੱਖ ਗੁਰਦੁਆਰਾ, ਉੱਥੇ ਪਹੁੰਚਾਇਆ ਜਾਵੇ। ਸਾਰੇ ਸਰੂਪ ਜਿਹੜੇ ਛਾਪੇ ਗਏ ਨੇ ਉਹ ਵੀ ਪਹੁੰਚਾਏ ਜਾਣ, ਅਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਤਨਾਮ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਰੁਪਦਮਨ ਸਿੰਘ ਮਲਿਕ ਅਤੇ ਉਹਨਾਂ ਦੇ ਸਾਥੀ ਬਲਵੰਤ ਸਿੰਘ ਪੰਧੇਰ ਦੇ ਵੱਲੋਂ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਸੀ, ਅਤੇ ਹੁਣ ਉਹਨਾਂ ਨੇ ਸਰੂਪ ਨੇ ਜਿਹੜੇ ਉਹ ਭੇਜ ਦਿੱਤੇ ਨੇ। ਹਾਲਾਂਕਿ 24 ਅਗਸਤ ਦੀ ਰਾਤ ਨੂੰ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਸੀ ਕਿ ਅਸੀਂ ਸਰੂਪ ਉਦੋਂ ਤੱਕ ਵਾਪਸ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਕੋਲ ਸਰੂਪਾਂ ਦੀ ਪੜਤਾਲ ਨਹੀਂ ਹੋਵੇਗੀ। ਜਿਹੜੇ ਅਸੀਂ ਛਾਪੇ ਨੇ ਪਹਿਲਾਂ ਇੱਥੇ ਪੜਤਾਲ ਕਰੋ ਕਿ ਕੋਈ ਗਲਤੀ ਤਾਂ ਨਹੀਂ, ਇਹ ਨਾ ਹੋਵੇ ਅਸੀਂ ਸਰੂਪ ਦੇ ਆਈਏ ਅਤੇ ਤੁਸੀਂ ਉਹਨਾਂ ਦੇ ਵਿੱਚ ਆਪ ਛੇੜਛਾੜ ਕਰਕੇ ਸ਼ਰਾਰਤੀ ਅਨਸਰ ਨੇ ਜਿਹੜੇ ਉਹ ਸਾਡੇ ਸਿਰ ਦੋਸ਼ ਮੜ ਦੇਣ। ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਿੰਟਿੰਗ ਪ੍ਰੈਸ ਦਾ ਸਾਰਾ ਸਮਾਨ ਵੀ ਗੁਰਦੁਆਰੇ ਭੇਜਿਆ ਜਾ ਰਿਹਾ ਹੈ ਅਤੇ ਸਰੂਪ ਵੀ ਭੇਜੇ ਜਾ ਚੁੱਕੇ ਨੇ। ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਪੱਤਰਕਾਰਾਂ ਦੇ ਲਈ ਕਿ ਹੁਣ ਕੋਰੋਨਾ ਖਿਲਾਫ ਜੰਗ ਦੇ ਵਿੱਚ ਕਿਸੇ ਵੀ ਪੱਤਰਕਾਰ ਦੀ ਜੇ ਮੌਤ ਹੁੰਦੀ ਹੈ, ਕਿਉਂਕਿ ਉਹ ਵੀ ਫਰੰਟ ਲਾਈਨ ਦੇ ਵਿੱਚ ਕੰਮ ਕਰ ਰਹੇ ਨੇ, ਕੋਰੋਨਾ ਵਾਇਰਸ ਦੇ ਨਾਲ ਜੇ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ ਦਿੱਤੀ ਜਾਵੇਗੀ ਉਹਨਾਂ ਦੇ ਪਰਿਵਾਰ ਨੂੰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ, ਪਰ ਜਿਹੜੇ ਪੱਤਰਕਾਰ ਜਿਹੜੇ ਐਕਰੈਡਿਟਡ ਪੱਤਰਕਾਰ ਹੈਗੇ ਨੇ ਪੰਜਾਬ ਸਰਕਾਰ ਦੇ ਵੱਲੋਂ ਪੀਲੇ ਕਾਰਡ ਧਾਰਕ ਪੱਤਰਕਾਰ
ਸਰਕਾਰ ਨੇ ਸਿਰਫ ਉਹਨਾਂ ਦੇ ਲਈ ਇਸ ਗ੍ਰਾਂਟ ਦਾ ਐਲਾਨ ਕੀਤਾ ਗਿਆ 10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਏਗੀ। ਇੱਕ ਪੰਜਾਬ ਸਰਕਾਰ ਨੇ ਹੋਰ ਵੱਡਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ 25 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੱਡਾ ਫੈਸਲਾ ਹੋਇਆ ਝੋਨੇ ਦੀ ਖਰੀਦ ਨੂੰ ਲੈ ਕੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਹੁਣ ਆਨਲਾਈਨ ਹੋਵੇਗੀ, ਯਾਨੀ ਕਿ ਆਨਲਾਈਨ ਖਰੀਦ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਕਿਸਾਨਾਂ ਤੋਂ ਝੋਨੇ ਦੀ। ਝੋਨਾ ਤਾਂ ਮੰਡੀਆਂ ਦੇ ਵਿੱਚ ਪਹੁੰਚੇਗਾ, ਮੈਨੂਅਲੀ ਪਹੁੰਚੇਗਾ ਝੋਨਾ, ਪਰ ਉਹਦੀ ਜਿਹੜੀ ਖਰੀਦ ਹੈ ਉਹ ਆਨਲਾਈਨ ਪੋਰਟਲ ਦੇ ਰਾਹੀਂ ਹੀ ਹੋਵੇਗੀ। 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਹੈ। ਪੋਰਟਲ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਲਾਂਚ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਦੇ ਕਹਿਣ ਦੇ ਮੁਤਾਬਿਕ ਉਸ ਪੋਰਟਲ ਦੇ ਉੱਤੇ ਸਾਰੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਝੋਨੇ ਦੀ ਖਰੀਦ ਨੂੰ ਲੈ ਕੇ, ਝੋਨੇ ਦੀ ਕਿਹੜੀ ਕਿਸਮ ਹੈ ਜਾਂ ਫਿਰ ਜਿੰਨੀ ਵੀ ਜਾਣਕਾਰੀ ਹੈ ਕਿਹੜੀ ਮੰਡੀ ਦੇ ਵਿੱਚ ਕਿੰਨੀ ਫਸਲ ਖਰੀਦੀ ਜਾ ਚੁੱਕੀ ਹੈ, ਕਿੰਨਾ ਰੇਟ ਚੱਲ ਰਿਹਾ, ਇਹ ਸਾਰਾ ਕੁਛ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਅਪਡੇਟ ਕਰਾਂਗੇ, ਪਾਰਦਰਸ਼ੀ ਤਰੀਕੇ ਦੇ ਨਾਲ ਹੋਵੇਗੀ। ਪਰ ਜੇ ਕਿਸਾਨਾਂ ਦੀ ਗੱਲ ਕਰ ਲਈਏ, ਕਿਸਾਨ ਕਹਿੰਦੇ ਨੇ ਕਿ ਇਸ ਸਕੀਮ ਦਾ ਸਾਨੂੰ ਨੁਕਸਾਨ ਹੋਵੇਗਾ। ਸਭ ਤੋਂ ਪਹਿਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਿਰਫ 5% ਕਿਸਾਨ ਨੇ, ਇਹ ਕਿਸਾਨ ਲੀਡਰ ਦਾ ਕਹਿਣਾ ਆ ਕਿ ਸਿਰਫ 5% ਕਿਸਾਨ ਨੇ ਜਿਹੜੇ ਕਿ ਆਨਲਾਈਨ ਸਾਧਨਾਂ ਦੇ ਨਾਲ ਜੁੜੇ ਹੋਏ ਨੇ। ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ, ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਆਨਲਾਈਨ ਜਿਹੜਾ ਹੈਗਾ ਸਮਾਰਟਫੋਨ ਦੇ ਨਾਲ ਜਾਂ ਫਿਰ ਕੰਪਿਊਟਰ ਦੇ ਨਾਲ ਕਨੈਕਟਡ ਹੋਣ। ਇਸ ਕਰਕੇ ਸਭ ਤੋਂ ਵੱਡਾ ਨੁਕਸਾਨ ਇਹੀ ਹੋਣਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਕਿਵੇਂ ਕਰਨਗੇ, ਕਿੰਨੀ ਗੁੰਝਲਦਾਰ ਉਹਨਾਂ ਦੇ ਲਈ ਇਹ ਬਣ ਜੂਗੀ ਝੋਨੇ ਦੀ ਫਸਲ ਵੇਚਣਾ। ਦੂਸਰੀ ਉਹ ਤਰਕ ਦਿੰਦੇ ਨੇ ਕਿ ਮੰਡੀਆਂ ਦੇ ਵਿੱਚ ਹੁੰਦਾ ਕਿ ਝੋਨੇ ਦੀ ਫਸਲ ਹੈ ਜਿਹੜੀ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਖਰੀਦ ਅਧਿਕਾਰੀ ਖਰੀਦਦੇ ਨੇ, ਫਸਲ ਨੂੰ ਦੇਖਦੇ ਨੇ, ਉਹਦਾ ਰੰਗ ਜੇ ਬਦਲਿਆ ਹੈ ਜਾਂ ਉਹਦੀ ਕਿਸਮ ਦੇ ਵਿੱਚ ਕੋਈ ਤਬਦੀਲੀ ਹੈ, ਮੀਂਹ ਪੈਣ ਦੇ ਨਾਲ ਫਸਲ ਦਾ ਜਿਹੜਾ ਭਾਰ ਘੱਟ ਵੱਧ ਗਿਆ ਜਾਂ ਉਹਦੀ ਗੁਣਵੱਤਾ ਦੇ ਵਿੱਚ ਫਰਕ ਪੈ ਗਿਆ, ਉਸ ਨੂੰ ਦੇਖ ਕੇ ਜਿਹੜਾ ਫਸਲ ਦਾ ਮੁੱਲ ਦਿੱਤਾ ਜਾਂਦਾ। ਪਰ ਜੇ ਆਨਲਾਈਨ ਅਸੀਂ ਫਸਲ ਵੇਚਾਂਗੇ ਤਾਂ ਸਾਡੇ ਮੂਹਰੇ ਬਹੁਤ ਸਾਰੇ ਬਹਾਨੇ ਨੇ ਜਿਹੜੇ ਉਹ ਇਹਨਾਂ ਕੰਪਨੀਆਂ ਦੇ ਵੱਲੋਂ ਰੱਖ ਦਿੱਤੇ ਜਾਣਗੇ ਕਿ ਤੁਹਾਡੀ ਫਸਲ ਹੈਗੀ ਹੈ ਜਿਹੜੀ ਆਨਲਾਈਨ ਆਪਸ਼ਨਸ ਦੇਣਗੇ। ਉਹਨਾਂ ਨੂੰ ਇਹ ਖਦਸ਼ਾ ਹੈ, ਹਾਲੇ ਕੋਈ ਪੱਕਾ ਨਹੀਂ, ਪਰ ਕਿਸਾਨ ਇਹ ਮੰਨਦੇ ਨੇ ਕਿ ਸਾਨੂੰ ਆਪਸ਼ਨਸ ਦੇ ਦਿੱਤੀਆਂ ਜਾਣਗੀਆਂ ਕਿ ਤੁਹਾਡੀ ਫਸਲ ਹੈ ਜਿਹੜੀ ਉਹਦਾ ਦਾਣਾ ਗਿੱਲਾ ਹੋ ਗਿਆ, ਉਹ ਕਾਲਾ ਹੋ ਗਿਆ ਜਾਂ ਫਿਰ ਉਹਦੀ ਗੁਣਵੱਤਾ ਦੇ ਵਿੱਚ ਫਰਕ ਪੈ ਗਿਆ। ਅਤੇ ਕਹਿੰਦੇ ਕਿ ਆਨਲਾਈਨ ਅਸੀਂ ਕਿਵੇਂ ਅਪੀਲ ਕਰ ਸਕਾਂਗੇ ਅਤੇ ਸਾਨੂੰ ਇਹਦੇ ਵਿੱਚ ਨੁਕਸਾਨ ਹੋਏਗਾ, ਸਾਡੀਆਂ ਜਿਹੜੀਆਂ ਫਸਲਾਂ ਦੇ ਉੱਤੇ ਕੱਟ ਨੇ ਜਿਹੜੇ ਇਹ ਲਾਏ ਜਾਣਗੇ ਆਨਲਾਈਨ ਤਰੀਕੇ ਦੇ ਨਾਲ ਸਾਨੂੰ ਬਰਬਾਦ ਕਰਨ ਦੀ। ਇੱਕ ਹੋਰ ਜਿਹੜੀ ਸਕੀਮ ਘੜ ਲਈ ਹੈ ਸਰਕਾਰ ਨੇ, ਇਹ ਕਹਿਣਾ ਕਿਸਾਨਾਂ ਦਾ। ਇੱਕ ਪੰਜਾਬ ਸਰਕਾਰ ਨੇ ਹੋਰ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ 428 ਮੈਡੀਕਲ ਅਫਸਰਾਂ ਦੀਆਂ ਤੁਰੰਤ ਰੈਗੂਲਰ ਭਰਤੀਆਂ ਕੀਤੀਆਂ ਜਾਣਗੀਆਂ, ਅਰਜੈਂਟ ਇਹ ਭਰਤੀਆਂ ਨੇ ਜਿਹੜੀਆਂ ਉਹ ਭਰੀਆਂ ਜਾਣਗੀਆਂ 428 ਮੈਡੀਕਲ ਅਫਸਰਾਂ ਦੀਆਂ। ਪਰ ਪੰਜਾਬ ਸਰਕਾਰ ਨੇ ਉਹਨਾਂ ਫਰੰਟਲਾਈਨ ਸਿਹਤ ਕਾਮਿਆਂ ਦੇ ਬਾਰੇ ਕੋਈ ਐਲਾਨ ਨਹੀਂ ਕੀਤਾ ਜਿਹੜੇ ਕਿ ਪਿਛਲੇ 10-10 ਜਾਂ 15-15 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਨੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਿੱਚ ਵੀ ਉਹਨਾਂ ਨੇ ਬਿਨਾਂ ਛੁੱਟੀ, ਬਿਨਾਂ ਸੰਡੇ ਦੀ ਛੁੱਟੀ, ਬਿਨਾਂ ਗਜ਼ਟਡ ਛੁੱਟੀ ਤੋਂ ਲਗਾਤਾਰ ਕੰਮ ਕੀਤਾ। ਕਈ ਕਈ ਥਾਈਂ ਤਾਂ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਜਿਹੜੀ ਇੱਕ ਮਿੱਥਿਆ ਸਮਾਂ ਹੁੰਦਾ ਦਿਨ ਦਾ ਉਸ ਤੋਂ ਵੀ ਵੱਧ ਅਸੀਂ ਕੰਮ ਕੀਤਾ। ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਜਿੱਥੇ ਸਾਨੂੰ ਪੈਦਲ ਵੀ ਜਾਣਾ ਪੈਂਦਾ, ਪਰ ਸਰਕਾਰ ਨੇ ਉਹਨਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ, ਸਿਰਫ ਮੈਡੀਕਲ ਅਫਸਰਾਂ ਦੀਆਂ ਭਰਤੀਆਂ ਦਾ ਐਲਾਨ ਕੀਤਾ। ਇੱਕ ਹੋਰ ਐਲਾਨ ਕੀਤਾ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ ਲਾਅ ਯੂਨੀਵਰਸਿਟੀ ਦਾ ਨਿਰਮਾਣ ਹੋਵੇਗਾ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਯੂਨੀਵਰਸਿਟੀ ਦਾ ਜਿਹੜਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਦੇ ਵੱਲੋਂ। ਮੀਟਿੰਗ ਦੇ ਵਿੱਚ 5 ਆਰਡੀਨੈਂਸਾਂ ਨੂੰ ਲਾਗੂ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੇ ਵਿੱਚ ਮਤਾ ਪੇਸ਼ ਕੀਤੇ ਜਾਣ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ ਪੰਜਾਬ ਕੈਬਨਿਟ ਨੇ। ਇਹਨਾਂ ਦੇ ਵਿੱਚ ਪ੍ਰਾਈਵੇਟ ਕਲੀਨਿਕਾਂ ਨੂੰ ਨਿਯਮਤ ਕਰਨ, ਕੋਵਿਡ ਮਹਾਂਮਾਰੀ ਦਰਮਿਆਨ ਕੁਝ ਕੈਦੀਆਂ ਦੀ ਆਰਜ਼ੀ ਰਿਹਾਈ ਕਰਨ, ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਦਵਾਈਆਂ ਦੀ ਵੰਡ ਨੂੰ ਨਿਯਮਤ ਕਰਨ, ਉਦਯੋਗਿਕ ਝਗੜਿਆਂ ਅਤੇ ਬਾਲ ਮਜ਼ਦੂਰੀ ਦੇ ਨਾਲ ਸੰਬੰਧਿਤ ਬਿੱਲ ਸ਼ਾਮਿਲ ਨੇ ਅਤੇ 5 ਆਰਡੀਨੈਂਸ ਨੇ ਇਹਨਾਂ ਨੂੰ ਲਾਗੂ ਕਰਨ ਵਾਸਤੇ ਮਤਾ ਜਿਹੜਾ ਉਹ ਪੇਸ਼ ਕੀਤਾ ਜਾਊਗਾ ਅਤੇ ਉਹਦੀ ਪ੍ਰਵਾਨਗੀ ਕੈਬਨਿਟ ਨੇ ਦੇ ਦਿੱਤੀ ਹੈ। ਪੰਜਾਬ ਕੈਬਨਿਟ ਨੇ ਇੱਕ ਹੋਰ ਵੀ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ 11 ਕਾਂਸਟੀਟਿਊਟ ਕਾਲਜਾਂ ਨੂੰ ਸਾਲ 2016-17 ਤੋਂ 2020-21 ਲਈ 1.5 ਕਰੋੜ ਰੁਪਏ ਪ੍ਰਤੀ ਕਾਲਜ ਪ੍ਰਤੀ ਸਾਲ ਦੇ ਹਿਸਾਬ ਦੇ ਨਾਲ ਦਿੱਤੇ ਜਾਣਗੇ। ਉਹਦੇ ਲਈ 75 ਕਰੋੜ 75 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਮਨਜ਼ੂਰ ਕੀਤੀ ਹੈ ਕੈਬਨਿਟ ਨੇ। ਅਤੇ ਹੁਣ ਪੰਜਾਬ ਕੈਬਨਿਟ ਦੇ ਐਲਾਨ ਤੋਂ ਬਾਅਦ ਅਜਿਹੇ ਕਾਲਜਾਂ ਦੀ ਗਿਣਤੀ ਹੈ ਜਿਹੜੀ
ਗਿਣਤੀ 30 ਹੋ ਗਈ ਹੈ ਜਿਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਰੈਂਕਿੰਗ ਦੇ ਆਧਾਰ ਦੇ ਉੱਤੇ ਗ੍ਰਾਂਟ ਦਿੱਤੀ ਜਾਂਦੀ ਹੈ। ਇਹਨਾਂ ਕਾਲਜਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 3 ਕਾਲਜ, ਯੂਨੀਵਰਸਿਟੀ ਕਾਲਜ ਧੂਰੀ ਸੰਗਰੂਰ, ਯੂਨੀਵਰਸਿਟੀ ਕਾਲਜ ਬਹਾਦਰਪੁਰ ਮਾਨਸਾ, ਯੂਨੀਵਰਸਿਟੀ ਕਾਲਜ ਬਰਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਅੰਮ੍ਰਿਤਸਰ ਦੇ 6 ਕਾਲਜ ਨੇ, ਯੂਨੀਵਰਸਿਟੀ ਕਾਲਜ ਪਠਾਨਕੋਟ, ਸੁਜਾਨਪੁਰ, ਬਾਬਾ ਨਾਮਦੇਵ ਯੂਨੀਵਰਸਿਟੀ ਡਿਗਰੀ ਕਾਲਜ ਕਿਸ਼ਨਕੋਟ ਗੁਰਦਾਸਪੁਰ, ਯੂਨੀਵਰਸਿਟੀ ਕਾਲਜ ਫਿਲੌਰ ਜਲੰਧਰ ਦਾ, ਯੂਨੀਵਰਸਿਟੀ ਕਾਲਜ ਨਕੋਦਰ ਜਲੰਧਰ ਦਾ, ਯੂਨੀਵਰਸਿਟੀ ਕਾਲਜ ਕਲਾਨੌਰ ਗੁਰਦਾਸਪੁਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 2 ਕਾਲਜ ਨੇ, ਇੱਕ ਫਿਰੋਜ਼ਪੁਰ ਅਤੇ ਦੂਸਰਾ ਧਰਮਕੋਟ ਮੋਗਾ ਦਾ। ਇਹਨਾਂ ਗ੍ਰਾਂਟ ਕਾਲਜਾਂ ਦੇ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਅਦਾ ਕਰਨੀ ਯਕੀਨੀ ਬਣਾਉਣ ਤੋਂ ਇਲਾਵਾ ਜਿਹੜਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਦੇ ਵਿੱਚ ਇਹ ਗ੍ਰਾਂਟਾਂ ਨੇ ਜਿਹੜੀਆਂ ਉਹ ਲਾਹੇਵੰਦ ਸਾਬਿਤ ਹੋਣਗੀਆਂ। ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਹੈ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਦੇ ਉੱਤੇ। ਪੰਜਾਬ ਦੇ ਵਿੱਚ ਹੁਣ ਡਰਾਈਵਿੰਗ ਲਾਇਸੈਂਸ, RC ਜਾਂ ਪਰਮਿਟ ਜਿਹੜੇ ਕਿ ਰੱਦ ਹੋ ਚੁੱਕੇ ਨੇ ਜਾਂ ਜਿਨ੍ਹਾਂ ਦੀ ਜਿਹੜੀ ਵੈਲਿਡਿਟੀ ਖਤਮ ਹੋ ਚੁੱਕੀ ਹੈ, ਐਕਸਪਾਇਰ ਹੋ ਚੁੱਕੇ ਨੇ, ਉਹ ਹੁਣ ਵਰਤੇ ਜਾ ਸਕਣਗੇ December 2020 ਤੱਕ। ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਦਸਤਾਵੇਜ਼ ਰੱਦ ਹੋ ਚੁੱਕੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜਿਹੜੇ ਪਰਮਿਟ 1 ਫਰਵਰੀ 2020 ਤੋਂ ਬਾਅਦ ਰਿਨਿਊ ਨਹੀਂ ਕਰਵਾਏ ਜਾ ਸਕੇ ਉਹ ਦਸਤਾਵੇਜ਼ 31 ਦਸੰਬਰ 2020 ਤੱਕ ਵੈਲਿਡ ਮੰਨੇ ਜਾਣਗੇ, ਵੈਧ ਮੰਨੇ ਜਾਣਗੇ, ਕਿਉਂਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਉਹਨਾਂ ਦੀ ਮਜਬੂਰੀ ਸੀ। ਜਿਹੜੇ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ ਕਿ RC ਅਤੇ ਪਰਮਿਟ ਦੀ ਮਿਆਦ 1 ਫਰਵਰੀ 2020 ਤੋਂ ਬਾਅਦ ਜਾਂ ਫਿਰ 31 ਦਸੰਬਰ 2020 ਤੱਕ ਖਤਮ ਹੋਣੀ ਹੈ, ਉਹ ਹੁਣ 31 ਦਸੰਬਰ 2020 ਤੱਕ ਵੈਲਿਡ ਮੰਨੇ ਜਾਣਗੇ। ਇੱਕ ਵੱਡਾ ਜਿਹੜਾ ਫੈਸਲਾ ਸੁਣਾਇਆ ਪੰਜਾਬ ਸਰਕਾਰ ਨੇ। ਖੇਤੀ ਆਰਡੀਨੈਂਸ ਦੇ ਖਿਲਾਫ ਹਾਲੇ ਤੱਕ ਕਿਸਾਨਾਂ ਦੀ ਵਿਰੋਧਤਾ ਜਾਰੀ ਹੈ। 13 ਜ਼ਿਲ੍ਹਿਆਂ ਦੇ ਵਿੱਚ ਪਿੰਡ ਦੇ ਵਿੱਚ ਕਿਸਾਨਾਂ ਨੇ ਨਾਕਾਬੰਦੀ ਧਰਨੇ ਸ਼ੁਰੂ ਕਰ ਦਿੱਤੇ ਨੇ। ਕਿਸਾਨ ਮਾਰੂ ਮੰਨਿਆ ਜਾ ਰਿਹਾ ਹੈ ਕੇਂਦਰ ਨੇ ਜਿਹੜੇ ਖੇਤੀ ਆਰਡੀਨੈਂਸ ਪਾਸ ਕੀਤੇ ਨੇ। ਇਹ ਜਿਹੜੇ ਧਰਨੇ ਨੇ ਇਸ ਦੇ ਤਹਿਤ ਅਤੇ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ 13 ਜ਼ਿਲ੍ਹਿਆਂ ਦੇ ਵਿੱਚ ਪਿੰਡ ਦੇ ਵਿੱਚ BJP ਅਤੇ ਅਕਾਲੀਆਂ ਦੇ ਮੰਤਰੀ MP MLA ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨੂੰ ਰੋਕਿਆ ਜਾਏਗਾ। BJP ਅਤੇ ਅਕਾਲੀਆਂ ਦੇ ਮੰਤਰੀਆਂ ਜਾਂ ਲੀਡਰਾਂ ਦੇ ਉੱਤੇ ਇਸ ਕਰਕੇ ਰੋਕ ਲਾਈ ਜਾਵੇਗੀ ਕਿਉਂਕਿ ਕੇਂਦਰ ਦੇ ਵਿੱਚ ਇਹਨਾਂ ਦੀ ਹੀ ਸਰਕਾਰ ਹੈ, ਭਾਈਵਾਲ ਸਰਕਾਰ ਹੈ BJP ਅਤੇ ਅਕਾਲੀ ਦਲ ਦੀ। ਇਸ ਕਰਕੇ ਇਹਨਾਂ ਪਾਰਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ। ਉਹਨਾਂ ਨੇ ਦੱਸਿਆ ਕਿ ਸਾਵਧਾਨੀ ਪੂਰੀ ਵਰਤੀ ਜਾਏਗੀ। 13 ਜ਼ਿਲ੍ਹਿਆਂ ਦੇ 500 ਤੋਂ ਵੱਧ ਪਿੰਡਾਂ ਦੇ ਵਿੱਚ ਇਹ ਧਰਨੇ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਲਾਏ ਜਾਣਗੇ, ਕਿਸਾਨ ਮਜ਼ਦੂਰ ਏਕਤਾ ਦੇ ਵੱਲੋਂ ਇਹ ਲਾਏ ਜਾਣਗੇ ਅਤੇ ਇਹਨਾਂ ਪਿੰਡਾਂ ਦੇ ਵਿੱਚ ਮੁੱਖ ਰਾਹਾਂ ਦੇ ਉੱਤੇ ਬੈਨਰ ਲਟਕਾ ਦਿੱਤੇ ਨੇ ਕਿ BJP ਅਕਾਲੀ ਮੰਤਰੀ MP ਜਾਂ ਫਿਰ MLA ਦਾ ਪਿੰਡ ਦੇ ਵਿੱਚ ਦਾਖਲਾ ਮਨ੍ਹਾ ਹੈ। ਅਤੇ ਮਾਨਸਾ ਤੋਂ ਵੀ ਖਬਰ ਆ ਚੁੱਕੀ ਹੈ ਕਿ ਮਾਨਸਾ ਦੇ ਵਿੱਚ ਕਿਸਾਨਾਂ ਦੇ ਵੱਲੋਂ 81 ਪਿੰਡਾਂ ਦੇ ਵਿੱਚ ਲੀਡਰ ਰੋਕਣ ਦੇ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਇਸ ਸੰਘਰਸ਼ ਦੇ ਵਿੱਚ ਲਗਭਗ 4000 ਕਿਸਾਨ, 300 ਔਰਤਾਂ ਅਤੇ 400 ਖੇਤ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਦੇ ਲੀਡਰਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਦੇ ਨਾਲ ਹਿੱਸਾ ਲਿਆ। ਇਕੱਲੇ ਮਾਨਸਾ ਦੀ ਗੱਲ ਕਰ ਰਹੇ ਹਾਂ ਅਤੇ ਇਸ ਦੇ ਤਹਿਤ ਹੁਣ 81 ਪਿੰਡਾਂ ਦੇ ਵਿੱਚ ਨਾਕਾਬੰਦੀ ਕੀਤੀ ਜਾਵੇਗੀ ਅਤੇ ਇਹ ਨਾਕਾਬੰਦੀ 29 ਅਗਸਤ 2020 ਤੱਕ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ। ਮੰਗ ਸਿਰਫ ਇਹੀ ਹੈ ਕਿ ਖੇਤੀ ਆਰਡੀਨੈਂਸ ਨੇ ਜਿਹੜੇ ਕੇਂਦਰ ਦੇ ਵੱਲੋਂ ਪਾਸ ਕੀਤੇ ਗਏ ਨੇ ਉਹ ਸਾਨੂੰ ਮਨਜ਼ੂਰ ਨਹੀਂ, ਉਹ ਰੱਦ ਕੀਤੇ ਜਾਣ ਕਿਉਂਕਿ ਉਹ ਕਿਸਾਨਾਂ ਨੂੰ ਲੰਬੇ ਸਮੇਂ ਤੱਕ, ਜੇ ਭਵਿੱਖ ਦੇ ਵਿੱਚ ਦੇਖ ਲਈਏ ਤਾਂ ਲੰਬੇ ਸਮੇਂ ਤੱਕ ਨੁਕਸਾਨਦੇਹ ਸਾਬਿਤ ਹੋਣ ਵਾਲੇ ਨੇ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਕੋਰੋਨਾ ਵਾਇਰਸ ਹੈ ਜਿਹੜਾ ਉਹ ਪੰਜਾਬ ਦੀ ਸਰਕਾਰ ਨੂੰ ਲਿਪਟਦਾ ਜਾ ਰਿਹਾ ਹੈ। ਕਈ ਜਿਹੜੇ ਮੰਤਰੀ ਨੇ ਅਤੇ ਵਿਧਾਇਕ ਨੇ ਉਹ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਗਏ ਨੇ ਅਤੇ ਹੁਣ 3 ਹੋਰ ਮੰਤਰੀ ਆ ਗਏ ਨੇ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਰਾਜਪੁਰਾ ਅਤੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਇਹਨਾਂ ਦੀ ਵੀ ਕੋਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਅਤੇ ਹੁਣ ਸਵਾਲ ਇਹ ਉੱਠਦਾ ਕਿ 28 ਅਗਸਤ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੋਣ ਜਾ ਰਿਹਾ ਹੈ, ਇੱਕ ਦਿਨਾਂ ਮੌਨਸੂਨ ਸੈਸ਼ਨ ਹੈ, ਉਸ ਦੇ ਵਿੱਚ ਸ਼ਾਮਿਲ ਕੌਣ ਹੋਵੇਗਾ? ਕਿਉਂਕਿ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਜਾ ਰਹੇ ਨੇ ਅਤੇ ਸਾਰੇ ਵਿਧਾਇਕਾਂ ਦਾ ਕੋਰੋਨਾ ਟੈਸਟ ਲਾਜ਼ਮੀ ਵੀ ਕੀਤਾ ਹੋਇਆ ਅਤੇ ਸਾਰਿਆਂ ਦਾ ਟੈਸਟ ਹੋਣਾ ਹੈ। ਉਦੋਂ ਤੱਕ ਹੋ ਜਾਏਗਾ ਰਿਪੋਰਟ ਸਾਰਿਆਂ ਦੀ ਆ ਜਾਏਗੀ ਜਾਂ ਨਹੀਂ, ਪਰ ਸਵਾਲ ਹੈ ਕਿ
ਸ਼ਾਮਿਲ ਕੌਣ ਕੌਣ ਹੋਏਗਾ ਉਸ ਸੈਸ਼ਨ ਦੇ ਵਿੱਚ। ਖਬਰ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਕਸਬੇ ਤੋਂ ਆ ਰਹੀ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਦੇ ਵਿੱਚੋਂ ਸੁੰਡ ਤੇ ਕੀੜੇ ਮਕੌੜੇ ਨਿਕਲੇ ਨੇ। ਪਿੰਡ ਵਾਸੀਆਂ ਨੇ ਕਿਹਾ ਕਿ ਜੋ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਨੇ ਉਹ ਵਰਤਣਯੋਗ ਨਹੀਂ, ਰਾਸ਼ਨ ਦੇ ਵਿੱਚ ਕੀੜੇ ਮਕੌੜੇ, ਜਾਲੇ, ਸੁਸਰੀ ਆਦਿ ਪਾਏ ਗਏ ਨੇ। ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਜਿਹੜੀਆਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਨੇ ਉਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ, ਉਹ ਵੰਡ ਕਰਨ ਤੋਂ ਪਹਿਲਾਂ ਵੇਖੇ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਫਿਰ ਖਰਾਬ। ਸੋ ਇਹ ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਹੈ। ਹੁਣ ਗੱਲ ਕਰ ਲੈਂਦੇ ਹਾਂ, ਪੰਜਾਬ ਸਰਕਾਰ ਨੇ ਜਿਹੜਾ ਨਵਾਂ ਲੋਕਡਾਊਨ ਲਾਇਆ, ਨਵੇਂ ਕਰਫਿਊ ਦਾ ਐਲਾਨ ਕੀਤਾ, ਉਸ ਦੇ ਤਹਿਤ ਪੰਜਾਬ ਦੇ 5 ਜ਼ਿਲ੍ਹੇ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ, ਇਸ ਦੇ ਵਿੱਚ ਈਵਨ ਔਡ ਯਾਨੀ ਕਿ ਜਿਸ ਟਾਂਕ ਤਰੀਕੇ ਦੇ ਨਾਲ ਦੁਕਾਨਾਂ ਸ਼ੁਰੂ ਕਰਨ ਦਾ ਹੁਕਮ ਸੁਣਾਇਆ ਗਿਆ, ਯਾਨੀ ਕਿ ਇੱਕ ਇੱਕ ਦਿਨ ਛੱਡ ਕੇ ਦੁਕਾਨਾਂ ਖੁੱਲ੍ਹਣਗੀਆਂ, 50% ਦੁਕਾਨਾਂ ਖੁੱਲ੍ਹਣਗੀਆਂ, ਪਰ ਹਰ ਥਾਈਂ ਹਰ ਜ਼ਿਲ੍ਹੇ ਦੇ ਵਿੱਚ ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਦੁਕਾਨਦਾਰ ਵਿਰੋਧ ਕਰ ਰਹੇ ਨੇ। ਉਹਨਾਂ ਨੂੰ ਪੰਜਾਬ ਸਰਕਾਰ ਦਾ ਇਹ ਫੈਸਲਾ ਮਨਜ਼ੂਰ ਨਹੀਂ ਹੈ, ਕਿਉਂਕਿ ਉਹ ਕਹਿ ਚੁੱਕੇ ਨੇ ਕਿ ਪਹਿਲਾਂ ਵੀ ਅਸੀਂ ਬਹੁਤ ਘਾਟੇ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰ ਰਹੇ ਹਾਂ ਅਤੇ ਹੁਣ ਤੁਸੀਂ ਸਾਨੂੰ ਫਿਰ ਤੋਂ ਬੰਨ ਦਿੱਤਾ ਹੈਗਾ, ਅਤੇ ਇਸ ਕਰਕੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੁਕਾਨਦਾਰ ਨਹੀਂ ਮੰਨ ਰਹੇ। ਸਾਰੀਆਂ ਦੁਕਾਨਾਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਖੋਲ੍ਹੀਆਂ ਜਾ ਰਹੀਆਂ ਨੇ। ਜੇਕਰ ਕਿਤੇ ਦੁਕਾਨਾਂ ਬੰਦ ਵੀ ਨੇ ਤਾਂ ਦੁਕਾਨਦਾਰ ਇਸ ਫਾਰਮੂਲੇ ਦਾ ਵਿਰੋਧ ਕਰ ਰਹੇ ਨੇ ਅਤੇ ਹੁਣ ਦੁਕਾਨਦਾਰ ਹੈਗੇ ਨੇ ਜਿਹੜੇ ਉਹ ਸਰਕਾਰ ਦਾ ਜਲੂਸ ਕੱਢਣ ਦੀ ਤਿਆਰੀ ਦੇ ਵਿੱਚ ਨੇ। ਮੋਹਾਲੀ ਵਿੱਚ ਦੁਕਾਨਦਾਰਾਂ ਨੇ ਹੱਥਾਂ 'ਚ ਪੋਸਟਰ ਫੜ ਕੇ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੁਸ਼ਕਲਾਂ ਘਟਾਉਣ ਦੀ ਬਜਾਏ ਵਧਾਉਂਦੀ ਜਾਂਦੀ ਹੈ। ਅੰਮ੍ਰਿਤਸਰ ਦੇ ਵਿੱਚ ਵੀ ਜ਼ਿਆਦਾਤਰ ਦੁਕਾਨਦਾਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ, ਪਰ ਪੁਲਿਸ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਹੋਈ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ। ਅਤੇ ਸਰਕਾਰ ਨੇ ਜਿਵੇਂ ਕਿਹਾ ਕਿ ਦੁਕਾਨਾਂ 50% ਹੀ ਖੋਲ੍ਹਣ, ਉਸੇ ਤਰੀਕੇ ਨਾਲ ਖੋਲ੍ਹੀਆਂ ਜਾਣ। ਅੰਮ੍ਰਿਤਸਰ ਦੇ ਵਿੱਚ ਇਹ ਦੁਕਾਨਦਾਰਾਂ ਨੂੰ ਚੇਤਾਵਨੀ ਸਖ਼ਤ ਦਿੱਤੀ ਹੈ। ਅਗਲੀ ਖਬਰ ਰੂਪਨਗਰ ਤੋਂ ਹੈ, ਜਿੱਥੇ ਰੂਪਨਗਰ ਦੀ DC ਸੋਨਾਲੀ ਗਿਰੀ ਨੇ ਜ਼ਿਲ੍ਹੇ ਦੀਆਂ ਸੜਕਾਂ ਦੇ ਕਿਨਾਰੇ 'ਤੇ ਪਸ਼ੂ ਚਰਾਉਣ ਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਾ ਦਿੱਤੀ ਹੈ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਹੁਣ ਪਸ਼ੂ ਨਹੀਂ ਚਰਾ ਸਕਦੇ ਲੋਕ, ਇਸ 'ਤੇ ਪੂਰਨ ਪਾਬੰਦੀ DC ਨੇ ਲਾ ਦਿੱਤੀ ਹੈ। ਕਿਹਾ ਕਿ ਲੋਕਾਂ ਦੀਆਂ ਫਸਲਾਂ ਅਤੇ ਸੜਕ ਕਿਨਾਰੇ ਲਾਏ ਗਏ ਬੂਟਿਆਂ ਨੂੰ ਇਹ ਜਿਹੜੇ ਪਸ਼ੂ ਨੇ ਨੁਕਸਾਨ ਪਹੁੰਚਾਉਂਦੇ ਨੇ ਅਤੇ ਆਮ ਜਨਤਾ ਨੂੰ ਵੀ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। ਸੜਕਾਂ ਦੇ ਉੱਤੇ ਵਾਹਨ ਚੱਲਦੇ ਨੇ ਅਤੇ ਐਕਸੀਡੈਂਟ ਹੋਣ ਦੀਆਂ ਘਟਨਾਵਾਂ ਜਿਹੜੀਆਂ ਉਹ ਵੀ ਵੱਧਦੀਆਂ ਨੇ ਇਹਨਾਂ ਪਸ਼ੂਆਂ ਦੇ ਚਰਨ ਦੇ ਨਾਲ। ਇਸ ਕਰਕੇ ਜਿਹੜੇ ਪਾਲਤੂ ਪਸ਼ੂ ਨੇ ਉਹ ਨਹੀਂ ਚਰਾਏ ਜਾ ਸਕਦੇ। ਅਵਾਰਾ ਪਸ਼ੂ ਨੇ ਉਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਪ੍ਰਸ਼ਾਸਨ ਨੇ, ਪਰ ਜਿਹੜੇ ਪਾਲਤੂ ਪਸ਼ੂ ਨੇ ਉਹਨਾਂ ਦੇ ਚਰਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, ਚਾਹੇ ਮੱਝਾਂ ਹੋਣ, ਗਾਵਾਂ ਹੋਣ, ਭੇਡਾਂ ਜਾਂ ਬੱਕਰੀਆਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਨੇ ਜਾਂ ਕਹਿ ਲਈਏ ਕਿ ਪੰਜਾਬ ਪੁਲਿਸ ਨੇ 23 ਅਗਸਤ ਨੂੰ ਇੱਕ ਕਾਰਵਾਈ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਪਰਿਸਰ ਦੇ ਅੰਦਰੋਂ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦਾ ਨਾਮ ਗੁਰਮੀਤ ਸਿੰਘ। ਕਹਿੰਦੇ ਨੇ ਕਿ ਉਹ ਅਰਦਾਸ ਹੋ ਰਹੀ ਸੀ ਜੋ ਦਰਬਾਰ ਸਾਹਿਬ ਦੇ ਅੰਦਰ ਉਸਦੀ ਵੀਡੀਓ ਬਣਾ ਰਿਹਾ ਸੀ ਨੌਜਵਾਨ, ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਦੇ ਉੱਤੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਗ੍ਰਿਫਤਾਰੀ ਦੇ ਉੱਤੇ ਕਈ ਸਵਾਲ ਖੜ੍ਹੇ ਹੋ ਰਹੇ ਨੇ। ਹਾਲਾਂਕਿ ਜਾਂਚ ਏਜੰਸੀਆਂ ਨੇ ਗ੍ਰਿਫਤਾਰੀ ਦੀ ਕੋਈ ਪੁਸ਼ਟੀ ਤਾਂ ਨਹੀਂ ਕੀਤੀ, ਪਰ ਉਸਦੇ ਪਰਿਵਾਰ ਨੇ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਘਰ ਦੇ ਵਿੱਚ ਨਹੀਂ ਹੈਗਾ। ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਉਹਨਾਂ ਦਾ ਪੁੱਤਰ ਉਸ ਦਿਨ ਤੋਂ ਬਾਅਦ ਘਰ ਨਹੀਂ ਆਇਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਨੇ ਕਿਹਾ ਕਿ ਸਾਨੂੰ ਰੈਫਰੈਂਡਮ 2020 ਬਾਰੇ ਪਤਾ ਹੀ ਨਹੀਂ ਹੈਗਾ, ਨਾ ਹੀ ਉਹਨਾਂ ਦੇ ਪੁੱਤਰ ਨੂੰ ਪਤਾ ਹੈ। ਪਰ ਪੰਜਾਬ ਪੁਲਿਸ ਨੇ ਇਸੇ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਸੀ, ਕਿਉਂਕਿ 23 ਅਗਸਤ ਨੂੰ ਸਿੱਖਸ ਫਾਰ ਜਸਟਿਸ ਦੇ ਜਿਹੜੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਜਾ ਕੇ ਅਕਾਲ ਤਖ਼ਤ ਸਾਹਿਬ ਅਰਦਾਸ ਕਰਨ ਰੈਫਰੈਂਡਮ 2020 ਦੇ ਵਾਸਤੇ, ਅਤੇ ਪੁਲਿਸ ਨੇ ਫਿਰ ਸ਼ੱਕ ਦੇ ਆਧਾਰ 'ਤੇ ਵੀਡੀਓ ਅਰਦਾਸ ਦੀ ਵੀਡੀਓ ਬਣਾ ਰਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਅਤੇ ਜਾਣਕਾਰੀ ਦੇ ਮੁਤਾਬਿਕ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਗੁਰਮੀਤ ਸਿੰਘ ਤਹਿਸੀਲ ਪੱਟੀ ਦੇ ਪਿੰਡ ਰਾਮ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਅਤੇ ਉਹ 8-9 ਮਹੀਨੇ ਤੋਂ ਕਰਤਾਰਪੁਰ ਨੇੜੇ ਕਿਸੇ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ। ਉਸਦੇ ਮਾਤਾ ਪਿਤਾ ਨੇ ਦੱਸਿਆ ਕਿ ਗੁਰਮੀਤ ਸਿੰਘ ਦਾ 22 ਅਗਸਤ ਦੀ ਸ਼ਾਮ ਨੂੰ 5 ਵਜੇ ਕਰੀਬ ਫੋਨ ਆਇਆ ਸੀ, ਪਰ ਉਸ ਤੋਂ ਬਾਅਦ ਲਗਾਤਾਰ ਉਸਦਾ ਫੋਨ ਬੰਦ ਆ ਰਿਹਾ ਹੈ, ਜਿਸ ਕਾਰਨ ਪੂਰਾ ਪਰਿਵਾਰ ਚਿੰਤਾ ਦੇ ਵਿੱਚ ਹੈ ਕਿ ਉਹਨਾਂ ਦੇ ਪੁੱਤਰ ਨਾਲ ਪੰਜਾਬ ਪੁਲਿਸ ਨੇ ਕੁਛ ਗਲਤ ਤਾਂ ਨਹੀਂ ਕੀਤਾ, ਜੇ ਕੀਤਾ ਤਾਂ ਕੀ ਕੀਤਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਪ੍ਰਾਈਮ ਟਾਈਮ ਦੇ ਵਿੱਚ ਫਿਰ ਤੋਂ ਮਿਲਾਂਗੇ। ਧੰਨਵਾਦ।